ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਰਨ ਤਾਰਨ ਸਾਹਿਬ ਦੇ ਵਿੱਚ ਗੋਲੀ ਚੱਲੀ ਆ, ਤਰਨ ਤਾਰਨ ਸਾਹਿਬ ਬੱਸ ਅੱਡੇ ਤੇ ਗੋਲੀ ਚੱਲੀ ਆ। ਬੱਸ 'ਚ ਬੈਠੇ ਇੱਕ ਫੌਜੀ ਜੋ ਕਿ ਸਾਬਕਾ ਫੌਜੀ ਹੈ, ਸੇਵਾ ਮੁਕਤ ਹੋ ਚੁੱਕਿਆ ਹੈ, ਉਸਦੀ 12 ਬੋਰ ਦੀ ਰਾਈਫਲ ਦੇ ਵਿੱਚੋਂ ਫਾਇਰ ਹੋਇਆ ਹੈ। ਸਵਾਰੀਆਂ ਮੌਕੇ 'ਤੇ ਨਾਲ ਹੀ ਬੈਠੀਆਂ ਸੀ, ਸਾਰੀਆਂ ਘਬਰਾ ਗਈਆਂ, ਭਗਦੜ ਮੱਚ ਗਈ। ਦੇਖੋ ਤਸਵੀਰਾਂ ਕਿਵੇਂ ਸੁੰਨ ਪੈ ਗਈ ਹੈ ਇਸ ਬੱਸ ਅੱਡੇ 'ਤੇ। ਤਾਂ ਤਰਨ ਤਾਰਨ ਸਾਹਿਬ ਦਾ ਇਹ ਬੱਸ ਅੱਡਾ ਹੈ, ਇੱਥੇ ਮੁੰਡਾ ਪਿੰਡ ਜਾਣ ਵਾਲੀ ਇੱਕ ਬੱਸ ਜਿਸ ਦੇ ਵਿੱਚ ਇੱਕ ਸ਼ਖਸ ਜੋ ਕਿ ਆਪਣੇ ਆਪ ਨੂੰ ਸਾਬਕਾ ਫੌਜੀ ਦੱਸ ਰਿਹਾ ਹੈ, ਵੱਡੀ ਵੱਡੀ ਏਜੰਸੀਆਂ ਦੇ ਵਿੱਚ ਉਸਦਾ ਕਹਿਣਾ ਹੈ ਕਿ ਉਹ ਕੰਮ ਕਰ ਚੁੱਕਿਆ ਹੈ, ਨੈਸ਼ਨਲ ਏਜੰਸੀਆਂ ਦੇ ਵਿੱਚ ਉਹ ਕੰਮ ਕਰ ਚੁੱਕਿਆ ਹੈ। ਤਾਂ ਉਸਦੇ ਕੋਲ ਆਪਣੀ 12 ਬੋਰ ਦੀ ਪਿਸਟਲ ਸੀ, ਲਾਇਸੈਂਸ ਦਿਖਾਉਣ ਦੀ ਵੀ ਉਹ ਗੱਲ ਆਖ ਰਿਹਾ ਹੈ, ਅਤੇ ਉਸਦਾ ਕਹਿਣਾ ਕਿ ਗਲਤੀ ਦੇ ਨਾਲ ਇਹ ਫਾਇਰ ਹੋ ਗਿਆ ਹੈ। ਪਰ 12 ਬੋਰ ਦੀ ਰਾਈਫਲ ਦੇ ਵਿੱਚੋਂ ਜਿਵੇਂ ਹੀ ਫਾਇਰ ਹੋਇਆ, ਆਲੇ ਦੁਆਲੇ ਬੈਠੇ ਜਿਹੜੇ ਲੋਕ ਸੀ ਪੂਰੇ ਬੱਸ ਸਟੈਂਡ 'ਤੇ ਭਗਦੜ ਮੱਚ ਜਾਂਦੀ ਹੈ, ਇੱਧਰ ਉੱਧਰ ਭੱਜਣ ਲੱਗ ਜਾਂਦੇ ਨੇ ਲੋਕ। ਸਾਬਕਾ ਫੌਜੀ ਦੀ ਮਨਜੂਬ ਦੇ ਵਿੱਚੋਂ ਇਹ ਫਾਇਰ ਹੋਇਆ ਹੈ। ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ ਇਹ ਸਾਬਕਾ ਫੌਜੀ ਜਿਸਨੇ ਵੱਲੋਂ ਗੋਲੀ ਚਲਾਈ ਗਈ ਹੈ। ਆਓ ਜਿਹੜੇ ਮੌਕੇ 'ਤੇ ਚਸ਼ਮਦੀਦ ਗਵਾਹ ਨੇ ਉਹਨਾਂ ਦਾ ਕੀ ਕਹਿਣਾ ਹੈ ਕਿ ਇਹ ਸਾਬਕਾ ਫੌਜੀ ਸੱਚ ਬੋਲ ਰਿਹਾ ਕਿ ਗਲਤੀ ਦੇ ਨਾਲ ਫਾਇਰ ਹੋਇਆ ਹੈ, ਜਾਣ ਬੁੱਝ ਕੇ ਫਾਇਰ ਕੀਤਾ ਗਿਆ ਹੈ। ਕਿਉਂਕਿ ਇਸ ਫੌਜੀ ਦਾ ਕਹਿਣਾ ਹੈ ਕਿ ਪਹਿਲੀ ਵਾਰ ਆਪਣੇ ਪਿੰਡ ਚੱਲਿਆ ਹੈ, ਉਸ ਦੀ ਖੁਸ਼ੀ ਉਸਨੂੰ ਚਾਅ ਬੜਾ ਸੀ, ਜਿਸ ਕਰਕੇ ਉਸਨੇ ਇੱਕ ਦਾ ਪੈਗ ਲਗਾ ਲਿਆ। ਆਓ ਸਾਬਕ ਇਸ ਦੋਸ਼ੀ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਇਸ ਦੇ ਨਾਲ ਵੀ ਗੱਲਬਾਤ ਕਰਾਂਗੇ, ਅਤੇ ਬਾਕੀ ਜਿਹੜੇ ਚਸ਼ਮਦੀਦ ਗਵਾਹ ਸੀ ਉਹਨਾਂ ਦੀ ਵੀ ਗੱਲ ਸੁਣ ਲੈਂਦੇ ਹਾਂ। ਸਰ, ਮੈਂ UN ਮਿਸ਼ਨ ਦੇ ਵਿੱਚ ਵੀ ਨੌਕਰੀ ਕੀਤੀ ਆ, ਗੁਰੂ ਜੋਨ ਬਟਾਲੀਅਨ ਦਾ ਬੰਦਾ 13 ਸਿਖਲਾਈ ਦਾ, ਅਤੇ ਮੈਂ ਤਾਂ ਰੱਖੀ ਆ, ਨਿਕਲ ਗਈ ਆ। ਮੈਂ ਤਾਂ ਪਹਿਲੀ ਵਾਰੀ ਪੰਜਾਬ ਵੇਖਿਆ, ਅਤੇ ਮੈਂ ਆਇਆ ਵੀ ਚਲੋ ਪੰਜਾਬੀ ਬੰਦਾ ਪੱਗ ਵਾਲਾ ਬੰਦਾ ਨਜ਼ਰ ਆਉਂਦਾ ਰੱਬੀ ਕਿਤੇ, ਅਤੇ ਮੈਨੂੰ ਖੁਸ਼ੀ ਬੜੀ ਹੋਈ ਇਸ ਚੀਜ਼ ਦੀ ਵੀ ਮੈਂ ਇੰਨੇ ਚਿਰ ਬਾਅਦ ਪੰਜਾਬ ਦੇ ਵਿੱਚ ਆਇਆ। ਪਿੰਡ ਕਿਹੜਾ ਆਪਣਾ? ਪਿੰਡ ਲਵਾਰ ਹੈ। ਅਤੇ ਕਿਉਂ ਗੋਲੀ ਚੱਲੀ ਕਿੱਥੇ ਤੁਹਾਡੇ ਕੋਲ? ਚੱਲੀ ਕੀ ਹੈ ਸਰ, ਮੈਂ ਜਦੋਂ ਐਂ ਰੱਖੀ ਆ ਆਪੇ ਉਹ ਨਿਕਲ ਗਈ ਆ। ਕਿੱਥੇ ਬੈਠਾ? ਦਰਨਾਲੀ 'ਚੋਂ, ਬੱਸ 'ਚੋਂ। ਮੈਂ ਸਰ ਚਲਾਈ, ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ, ਪੰਜਾਬ 'ਚ ਆ ਗਿਆ, ਆਪਦੇ ਘਰ ਆ ਰਿਹਾ, ਅਤੇ ਆਹ ਮੈਨੂੰ ਹੋ ਰਹੀ ਕਸੂਤਾ ਜੱਬ ਪਾਤਾ। ਹੁਣ ਕੀ ਗੱਲਬਾਤ ਹੋਈ? ਹੁਣ ਕਿੱਦਾਂ ਸਰ ਇਹ ਮੈਨੂੰ ਇੱਥੇ ਲਿਆਇਆ ਵੀ ਤੂੰ ਇਹ ਕਿੱਦਾਂ ਨਿਕਲ ਗਈ? ਕਿੱਥੇ ਲਿਆਂਦਾ? ਪੁਲਿਸ ਨੇ। ਅਤੇ ਸਰ ਇਹੋ ਜੀ ਸਾਡੇ ਜਦੋਂ ਦਿਮਾਗ 'ਚ ਹੀ ਨਹੀਂ, ਦਿਲ 'ਚ ਨਹੀਂ। ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਦਾਸ ਹਾਂ। ਗੁਰੂ ਗੋਲੀ ਦਾ ਨੁਕਸਾਨ ਹੋ ਜਾਂਦਾ, ਕੌਣ ਜ਼ਿੰਮੇਵਾਰ ਹੈ? ਸਰ ਉੱਪਰ ਨੂੰ ਨਿਕਲੀ ਆ, ਹੋਇਆ ਨਹੀਂ ਆ, ਬਾਕੀ ਅੱਗੇ ਨਾ ਵਿਘਣ ਪਾਓ, ਮੈਂ ਗਰੀਬ ਬੱਚਾ ਵਾਂ, ਮੈਨੂੰ ਮਾਫ਼ ਕਰੋ। ਡਰਿੰਕ ਕੀਤੀ ਆ? ਹਾਂ, ਡਰਿੰਕ ਕੀ ਸੀ ਵੀ ਫੌਜੀ ਬੰਦਾ, ਮੈਂ ਪੈਗ ਨਿਗਾਹ ਜਿਹਾ ਲਾਇਆ ਵਾ, ਪਰ ਉਹ ਸਰ ਨਿਕਲ ਗਈ ਆ, ਐਂ ਥੋੜ੍ਹੀ ਅਸੀਂ ਆਪਦੇ ਪੰਜਾਬ ਦੇ ਵਿੱਚ ਹੀ ਕੋਈ ਗੱਲਬਾਤ ਕੁਛ ਨਹੀਂ ਸੀ। ਉਹਨੇ ਰਫਲ ਦੇ ਵਿੱਚ ਗੋਲੀ ਪਾ ਕੇ ਇੱਦਾਂ ਗੋਲੀ ਚਲਾਈ ਤਾਂ ਪਤਾ ਨਹੀਂ, ਮੈਂ ਨਹੀਂ ਜਾਂਦਾ ਇਹਨਾਂ ਨੂੰ, ਗੋਲੀ ਚੱਲੀ ਕੇ ਇਹਨੂੰ ਗਈ ਗਈ, ਐਨੂੰ ਗਈ ਤਾਂ ਉਹਨੂੰ ਕੱਢਿਆ ਨਾ ਫਿਰ, ਤੇ ਬੱਸ ਚੱਲ ਜਾਂਦੀ ਤੇ ਕੋਈ ਨੁਕਸਾਨ ਹੋ ਸਕਦਾ ਸੀ? ਉਹ ਸਵਾਰੀ ਨਹੀਂ ਇਧਰੋਂ ਕੋਈ ਉਹਨਾਂ ਚ ਆਈ ਤੇ ਉਹ ਨੁਕਸਾਨ ਕਰਤਾ ਫੈਲ ਕਰ। ਸ਼ਰਾਬੀ ਹੋਇਆ ਤੇ ਉਹ ਆਉਂਦੀ ਮੇਰਾ ਦਿਮਾਗ ਜੱਟ ਗਿਆ, ਮੈਂ ਤਾਂ ਤੇਰਾ ਰਿਸ਼ਤੇਦਾਰ ਕੋਈ ਆਉਂਦੀ ਨਹੀਂ, ਮੇਰਾ ਦਿਮਾਗ ਜੱਟ ਗਿਆ ਵਾ, ਸ਼ਰਾਬ ਪਾਪਾ ਪੀ ਜਾਣ ਡਿਆ। ਕਿੰਨੀਆਂ ਗੋਲੀਆਂ ਚੱਲੀਆਂ? ਹਾਂ, ਤੈਨੂੰ ਤਾਂ ਉਹ ਬੈਠੇ ਅੱਗ ਸੇਕਣ ਡਿਆ, ਤੇ ਮੈਂ ਆਖਣ ਇੱਕੋ ਇੱਕੋ ਚੱਲੀ ਹੈ ਗੋਲੀ। ਹਾਂਜੀ, ਮੁੰਡੇ ਸਾਹਮਣੇ ਬੈਠਾ, ਉਹਨੇ ਪਤਾ ਕੰਮ ਕੀਤਾ ਕੋਈ? ਕੀ ਹੋਇਆ ਸੀ? ਗੋਲੀ ਚਲਾਈ ਇੱਥੇ ਪਤਾ ਨਹੀਂ ਅੰਦਰ ਤੇ ਰਫਲ ਹੀ ਉਹਦੇ ਕੋਲ। ਅੱਛਾ, ਬੱਸ ਦੇ ਵਿੱਚ ਗੋਲੀ ਦੀ ਆਵਾਜ਼? ਤੇ ਬਾਹਰ ਲੱਭਣੇ ਨਾਲ ਹੀ ਕਿੱਡੀ ਆਈ ਤੇ ਬਾਅਦ ਚ ਆਏ। ਅੱਛਾ, ਹੁਣ ਤਾਂ ਪਤਾ ਲੱਗਾ ਉਹ ਖੜਾਕਾ ਹੈ, ਤੇ ਉਹ ਮੁੰਡੇ ਨੂੰ ਪੁੱਛਿਆ ਕਿਹਦਾ ਕਿਹਦਾ ਇਹਨੇ ਗੋਲੀ ਚਲਾਤੀ ਅੰਦਰੋਂ, ਆਹ ਗੱਲ ਉਹਨੂੰ ਦੇਖੀ ਉਹਦਾ ਚੱਲ ਗਈ ਉੱਦਾਂ ਚੱਲ।
ਮਾਮਲਾ ਵੇ ਬੱਸ ਅੱਡੇ ਇੱਥੇ ਇਹਨਾਂ ਦਾ ਬੰਦਿਆਂ ਨੇ ਦੱਸਿਆ ਵੀ ਇੱਥੇ ਕੋਈ ਫਾਇਰ ਹੋਇਆ, ਬੰਦਾ ਲਿਆਂਦਾ ਉਹਨੂੰ ਵੇਖਦੇ ਕੀ ਵੈਰੀਫਾਈ ਕਰਨ ਡਿਆ। ਕਿੱਥੋਂ ਦਾ ਇਹ ਬੰਦਾ? ਪੁੱਛਦੇ ਅਜੇ ਲੈ ਕੇ ਆਏ ਹੋਣੇ, ਅਜੇ ਕਰ ਲੈਂਦੇ ਹੋ ਜੇ, ਰਾਈਫਲ ਨਹੀਂ ਹੋਇਆ ਅੱਗੇ। ਕਿਹੜੀ ਰਾਈਫਲ? ਦਨਾਲੀ ਦਨਾਲੀ ਨਾਲ ਤੇ ਉਹ ਤੁਸੀਂ ਕਬਜ਼ੇ ਲੈ ਲਈ ਹੋਣੇ? ਪਈ ਅਜੇ ਵੇਹਨੇ ਆ, ਕਰਦੇ ਕਬਜ਼ੇ 'ਚ ਹੀ ਆ। ਬੰਦਾ ਨਸ਼ੇ 'ਚ ਆ ਕਿਸ ਤਰ੍ਹਾਂ ਵਾ? ਵੇਹਨੇ ਅਜੇ ਚੈੱਕ ਕਰਨੇ ਆ, ਕਰ ਤੁਸੀਂ ਪੁੱਛ ਕੇ ਕੀਤੀ ਕੀ ਦੱਸ? ਅਜੇ ਨਹੀਂ ਕੀਤੀ, ਅਜੇ ਤੁਸੀਂ ਆ ਕੇ ਨਾਲ ਹੀ ਆਪਣੇ ਮੌਕਾ ਨੇ ਮਿਲਿਆ, ਅਜੇ ਕਰ ਲਓ। ਨਹੀਂ ਇਹ ਫੌਜੀ ਆ, ਕੌਣ ਆ? ਪਤਾ ਨਹੀਂ, ਪੁੱਛਦੇ ਹਾਂ, ਦੱਸਦਾ ਵਾ ਰਿਟਾਇਰ ਫੌਜੀ ਆ। ਕਿੱਥੋਂ ਦਾ ਪੁੱਛਦੇ? ਬਹਿ ਜਾ ਮੁੰਡਿਆ, ਬਹਿ ਜਾ, ਆਵੇ ਤੁਹਾਡੇ ਸਾਹਮਣੇ ਹੀ ਆ।